ਹਾਂਜੀ ਉਹ ਤੁਸੀਂ ਆਪਣੇ ਬੰਦਿਆਂ ਨੂੰ ਇੱਥੇ ਤੰਗ ਕਰਨ ਲੱਗ ਗਏ, ਕੀ ਗੱਲ ਹੈ? ਸਰ ਮੈਂ ਉਹਨੂੰ ਬੜੇ ਪਿਆਰ ਨਾਲ ਕਿਹਾ ਮੈਂ ਡਾਕੂਮੈਂਟ ਦੇ ਦੇ, ਉੱਤੋਂ ਮੈਨੂੰ ਕਹਿੰਦਾ ਤੂੰ ਕੌਣ ਹੁਣੀ ਡਾਕੂਮੈਂਟ ਮੰਗਣ ਵਾਲੀ? ਸਰ ਮੈਂ SHO ਲੱਗੀ ਆ, ਕੋਈ ਇੱਥੇ ਬੇਇੱਜ਼ਤੀ ਕਰਵਾਉਣ ਵਾਸਤੇ ਹੀ ਲੱਗੀ ਹੋਈ ਸਰ ਕੱਲ ਇੱਕ ਮਿੰਟ ਲੱਗੀ SHO ਲੱਗੀ, ਕੋਈ ਰੱਬ ਤਾਂ ਨਹੀਂ ਲੱਗੀ ਤੂੰ? ਸਰ ਪਰ ਮੈਂ ਕੋਈ ਗੱਲ ਹੈ ਸਰ, ਲੈਂਗੁਏਜ ਪਲੀਜ਼ ਮਾਈਂਡ ਯੂਰ ਲੈਂਗੁਏਜ, ਪਾਰਟੀ ਗੱਲ ਕਰ ਗੱਲ ਕਰਾਈ ਜਾਂਦਾ ਵੀ ਗੱਲ ਕਰ ਤੇ ਤੂੰ ਗੱਲ ਨਹੀਂ ਕਰਦੀ, ਤੂੰ ਚੀਜ਼ ਕੀ? ਸਰ ਪਲੀਜ਼ ਸਰ ਆਦੀ ਲੈਂਗੁਏਜ ਯੂਜ਼ ਕਰੋ, ਉਸ ਤਰੀਕੇ ਨਾਲ ਗੱਲ ਕਰੋ ਤੁਸੀਂ ਗੱਲ, ਮੈਂ ਤਾਂ ਨਾਲ ਇਸ ਤਰੀਕੇ ਨਾਲ ਗੱਲ ਕਰਦੀ ਤੇ ਫਿਰ ਮੈਨੂੰ ਉਸ ਤਰੀਕੇ ਨਾਲ ਗੱਲ ਕਰੋ। ਇਹ ਗੱਲ ਤਾਂ ਮੈਂ ਉਹਨਾਂ ਨੂੰ ਕਦੇ ਕਹੀ ਨਹੀਂ, ਇੱਥੋਂ ਤੱਕ ਤਾਂ ਗੱਲ ਪਹੁੰਚੀ ਨਹੀਂ, ਮੈਂ ਤਾਂ ਗੱਲ ਹਜੇ ਸ਼ੁਰੂ ਹੀ ਕੀਤੀ ਹੈ ਤਾਂ ਉਹਦਾ ਐਟੀਟਿਊਡ ਹੀ ਕੁਝ ਹੋਰ ਸੀ। ਸਰਕਾਰੀ ਕੰਮ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਹੋਵੇਗੀ? ਦਖਲ ਅੰਦਾਜ਼ੀ ਤਾਂ ਅਸੀਂ ਕਰਦੇ ਨਹੀਂ, ਉਹਨੂੰ ਅਜੇ ਗੱਲ ਪੂਰੀ ਤਾਂ ਹੋਈ ਨਹੀਂ, ਸ਼ੁਰੂ ਹੀ ਕੀਤੀ ਸੀ ਤਾਂ ਉਹ ਤਾਂ ਗੱਲ ਪਤਾ ਨਹੀਂ ਕਿੱਥੋਂ ਤੱਕ ਉਹ ਲੈ ਗਈ। ਕੁਝ ਗੱਲਾਂ ਗੀਤਾਂ ਤੇ ਫਿਲਮਾਂ ਦੇ ਵਿੱਚ ਚੰਗੀਆਂ ਲੱਗਦੀਆਂ ਨੇ। ਇੱਕ ਗੀਤ ਹੈ ਕਹਿੰਦੇ, ਘੁੰਮਦੀ ਹੈ ਗੇਮ ਇੱਕ ਬੋਲ ਤੇ, ਜੇ ਅੜਦੀ ਦਿਸੀ ਤਾਂ ਫੋਨ ਮਾਰਦੀ। ਫੋਨ ਮਾਰਿਆ ਵੀ ਗਿਆ ਲੇਕਿਨ ਗੇਮ ਪੁੱਠੀ ਪੈ ਗਈ। ਸਾਡੇ ਨਾਲ ਮੌਜੂਦ ਨੇ ਨੌਜਵਾਨ ਵਿਧਾਇਕ ਦਵਿੰਦਰ ਗੁਬਾਇਆ ਜੀ। ਗੁਬਾਇਆ ਸਾਹਿਬ, ਫੋਨ ਆਉਂਦਾ ਹੈ ਤੁਹਾਨੂੰ ਤੁਹਾਡੇ ਚਾਹੁਣ ਵਾਲੇ ਦਾ, ਉਹ ਗੇਮ ਕਿਤੇ ਪੁੱਠੀ ਪੈ ਗਈ, ਗੇਮ ਕੀ ਸੀ? ਗੇਮ ਕੋਈ ਨਹੀਂ ਜੀ, ਲੋਕਾਂ ਨੇ ਸਾਨੂੰ, ਮੈਨੂੰ ਤਾਂ ਐਡੀ ਛੋਟੀ ਉਮਰ 'ਚ ਉਹ ਲੋਕਾਂ ਨੇ ਆਪਦਾ ਨੁਮਾਇੰਦਾ ਚੁਣਿਆ, ਮੈਂ ਤਾਂ ਉਹਨਾਂ ਦਾ ਸਾਨ ਕਦੇ ਲਾ ਨਹੀਂ ਸਕਦਾ। ਅਸੀਂ ਗਲਤ ਕੰਮ ਕਦੇ ਕਹਿੰਦੇ ਨਹੀਂ, ਜੇ ਕਿਸੇ ਬੰਦੇ ਨਾਲ ਧੱਕਾ ਹੋ ਰਿਹਾ ਤਾਂ ਅਸੀਂ ਉਹਦੇ ਵਾਸਤੇ ਕਹਾਂਗੇ ਔਰ ਲੜਾਂਗੇ ਵੀ, ਹਰ ਹੱਦ ਤੱਕ ਜਾਵਾਂਗੇ। ਉਸ ਦਿਨ ਵੀ ਕੋਈ ਗੱਲ ਵੱਡੀ ਨਹੀਂ ਸੀ, ਬਸ ਮੈਨੂੰ ਲੋਕਾਂ ਨੇ ਚੁਣਿਆ। ਹਰ ਇੱਕ ਬੰਦੇ ਦਾ ਇਹ ਹੁੰਦਾ ਵੀ ਕੋਈ ਕਿਤੇ ਪ੍ਰੋਬਲਮ ਆਉਂਦੀ ਹੈ ਜਾਂ ਕੋਈ ਥਾਣੇ ਦਰਬਾਰੇ ਜਾਂ ਅਫਸਰਸ਼ਾਹੀ ਕੋਈ ਗੱਲ ਨਹੀਂ, ਕੰਮ ਨਹੀਂ ਹੋ ਰਿਹਾ, ਤਾਂ ਹਰ ਬੰਦੇ ਦਾ ਹੁੰਦਾ ਵੀ MLA ਨਾਲ ਅਸੀਂ ਗੱਲ ਕਰੀਏ। ਸੋ ਉਹਨਾਂ ਨੇ ਕਿਸੇ ਨੇ ਗੱਲ ਕਰਾਉਣੀ ਚਾਹੀਦੀ ਤਾਂ, ਪਰ ਇਹਦਾ ਤਾਂ ਐਟੀਟਿਊਡ ਹੀ ਇੱਦਾਂ ਸੀ ਵੀ ਉਹਨੇ ਗੱਲ ਨਹੀਂ ਕੀਤੀ ਦੋ ਵਾਰ। ਫਿਰ ਮੈਂ ਦੋ ਤਿੰਨ ਵਾਰ ਉਹਦੇ ਸਰਕਾਰੀ ਨੰਬਰ ਜਿਹੜਾ ਹੁੰਦਾ ਉਹਦੇ 'ਤੇ ਫੋਨ ਕੀਤਾ, ਇਹਨੇ ਫੋਨ ਚੱਕਿਆ ਨਹੀਂ। ਫਿਰ ਕਿਸੇ ਮੁੰਡੇ ਨੇ ਕੋਈ ਹੋਰ ਨੰਬਰ ਤੋਂ ਫੋਨ ਗੱਲ ਕਰਾਈ। ਸੋ ਗੱਲ ਮੈਂ ਸ਼ੁਰੂ ਹੀ ਕੀਤੀ ਹੈ ਅਤੇ ਹਜੇ ਗੱਲ ਤਾਂ ਪੂਰੀ ਹੋਈ ਨਹੀਂ, ਤਾਂ ਉਹ ਇਹਦਾ ਐਟੀਟਿਊਡ ਹੀ ਬੋਲਣ ਦਾ ਕੁਝ ਹੋਰ ਸੀ। ਸੋ ਪਹਿਲਾਂ ਵੀ ਘਟਨਾਵਾਂ ਕਈ ਉੱਥੇ ਸ਼ਹਿਰ 'ਚ ਇੱਦਾਂ ਦੀ ਹੋਈਆਂ। ਲੇਕਿਨ SHO ਮੈਡਮ ਦਾ ਕਹਿਣਾ ਕਿ ਨੰਬਰ ਪਲੇਟ ਮੌਜੂਦ ਨਹੀਂ ਸੀ ਕਿਉਂਕਿ ਆਲਰੇਡੀ ਅਲਰਟ 'ਤੇ ਚੱਲ ਰਿਹਾ ਪੰਜਾਬ, ਅੱਤਵਾਦੀਆਂ ਦੇ ਖਦਸ਼ਾ ਹੈ ਕਿ ਪੰਜਾਬ 'ਚ ਵੜੇ ਨੇ, ਅਤੇ ਨੰਬਰ ਪਲੇਟ ਨਹੀਂ ਸੀ ਜਿਸ ਕਰਕੇ ਉਹਨਾਂ ਨੂੰ ਰੋਕਿਆ ਗਿਆ। ਦੇਖੋ ਬਿਲਕੁਲ ਉਹ ਚੈੱਕ ਕਰਨ, ਇਹ ਗੱਲ ਤਾਂ ਮੈਂ ਉਹਨਾਂ ਨੂੰ ਕਦੇ ਕਹੀ ਨਹੀਂ, ਕਦੇ ਵੀ ਤੁਸੀਂ ਸੁਣ ਲਿਓ ਵੀ ਜੇ ਸਹੀ ਹੈ ਬੰਦਾ ਤਾਂ ਉਹਨੂੰ ਛੱਡ ਦਿਓ, ਉਹਦੇ ਕਾਗਜ਼ ਪੱਤਰ ਚੈੱਕ ਕਰ ਲਓ। ਇੱਥੋਂ ਤੱਕ ਤਾਂ ਗੱਲ ਪਹੁੰਚੀ ਨਹੀਂ, ਮੈਂ ਤਾਂ ਗੱਲ ਹਜੇ ਸ਼ੁਰੂ ਹੀ ਕੀਤੀ ਹੈ ਤਾਂ ਉਹਦਾ ਐਟੀਟਿਊਡ ਹੀ ਕੁਝ ਹੋਰ ਸੀ। ਲੇਕਿਨ ਉਹ ਕਹਿੰਦੇ ਕਿ ਮੈਨੂੰ ਬੜੀ ਜ਼ਰਾਰਤ ਨਾਲ ਗੱਲਬਾਤ ਕੀਤੀ ਕਿ ਤੂੰ ਤੜਾਕ ਤੇ MLA ਸਾਹਿਬ ਆ ਗਏ, ਉਹਨਾਂ ਨੇ ਨਾਰਾਜ਼ਗੀ ਜਿਤਾਈ ਇਸ ਗੱਲ 'ਤੇ। ਤੂੰ ਤੜਾਕ ਵਾਲੀ, ਦੇਖੋ ਤੂੰ ਤੂੰ ਸ਼ਬਦ ਤਾਂ ਆਪਾਂ ਰੱਬ ਗੁਰਬਾਣੀ 'ਚ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਵੀ ਲਿਖਿਆ, ਰੱਬ ਨੂੰ ਵੀ ਤੂੰ ਕਹਿ ਕੇ ਪੁਕਾਰਦੇ ਹਾਂ, ਇਹ ਤੂੰ ਤੜਾਕ ਵਾਲੀ ਨਹੀਂ ਗੱਲ। ਇਹ ਮੈਂ ਤਾਂ ਗੱਲ ਜੇ ਉਹਨੂੰ ਇਹੀ ਕਹਿਣਾ ਸੀ ਵੀ ਮੁੰਡਾ ਆਪਣਾ, ਇਹਦੇ ਕਾਗਜ਼ ਪੱਤਰ ਚੈੱਕ ਕਰ ਲਓ ਮੈਡਮ, ਜੇ ਸਹੀ ਹੈ ਤਾਂ ਜਾਣ ਦਿਓ, ਪਰ ਇੰਨੀ ਗੱਲ ਤਾਂ ਉਹਨੇ ਸੁਣੀ ਨਹੀਂ, ਉਹਦਾ ਐਟੀਟਿਊਡ ਹੀ ਕੁਝ ਹੋਰ ਸੀ, ਮੈਂ SHO ਲੱਗੀਆਂ ਇਹ ਉਹ। ਦੇਖੋ ਜੇ ਉਹ ਮੈਨੂੰ ਇੱਦਾਂ ਬੋਲ ਰਹੀ ਤਾਂ ਆਮ ਬੰਦੇ ਨੂੰ ਕਿਵੇਂ ਬੋਲੂਗੀ? ਲੇਕਿਨ ਕੀ ਇਹ ਗੱਲ ਠੀਕ ਹੈ ਜੇ SHO ਰੋਕੇ ਜਾਂ ਕੋਈ ਪੁਲਿਸ ਅਫਸਰ ਰੋਕੇ ਅਤੇ ਸਿੱਧੀ ਗੱਲ ਕਰਵਾ ਦਿੱਤੀ ਜਾਵੇ, ਵਿਧਾਇਕ ਦੇ ਨਾਲ ਸਿੱਧੀ ਗੱਲ ਕਰਵਾਈ ਜਾਵੇ, ਕੀ ਇਹ ਠੀਕ ਹੈ ਗੱਲ? ਦੇਖੋ ਕਈ ਵਾਰੀ ਪ੍ਰੋਬਲਮ ਹੁਣ ਰੂਰਲ ਏਰੀਆ ਫਾਜ਼ਿਲਕਾ, ਗਰੀਬ ਲੋਕ ਨੇ ਬਾਰਡਰ 'ਤੇ ਬੈਠੇ ਨੇ, ਉਹ ਨਹੀਂ ਅਫੋਰਡ ਕੋਈ ਗੱਡੀਆਂ ਕਾਰਾਂ ਕਰ ਸਕਦੇ, ਉਹ ਮੋਟਰਸਾਈਕਲ 'ਤੇ ਜਾਂਦੇ, ਕੋਈ ਆਪਦਾ ਪੇਸ਼ੈਂਟ ਹੀ ਪਿੰਡਾਂ 'ਚ ਮੋਟਰਸਾਈਕਲ 'ਤੇ ਲੈ ਕੇ ਜਾਂਦੇ ਆ। ਕਈ ਵਾਰੀ ਜੇ ਆਪਦਾ ਪਰਿਵਾਰਕ ਮੈਂਬਰ ਹੀ ਨਹੀਂ ਹਸਪਤਾਲ ਪਹੁੰਚਾ ਸਕੇ ਤਾਂ ਫਿਰ ਉਹ ਕਹਾ ਦੇ ਜੇ ਅਸੀਂ ਉਹਨਾਂ ਦੇ। ਲੇਕਿਨ ਲੇਕਿਨ ਫੋਨ ਕਰਨਾ ਠੀਕ ਹੈ ਕਿ ਨਹੀਂ? ਜੋ ਜੇ ਕਿਸੇ ਅਧਿਕਾਰੀ ਨੇ ਰੋਕਿਆ, ਪੁਲਿਸ ਅਫਸਰ ਨੇ ਰੋਕਿਆ, ਤਾਂ MLA ਨੂੰ ਫੋਨ ਕਰਨਾ ਠੀਕ ਹੈ ਕਿ ਨਹੀਂ? ਨਹੀਂ ਕਰਨਾ ਠੀਕ ਹੈ ਜੀ, ਉਹਨਾਂ ਦੀ ਆਸਾਂ ਸਾਡੇ 'ਤੇ ਜੁੜੀਆਂ, ਉਹਨਾਂ ਨੇ ਸਾਨੂੰ ਵੋਟ ਪਾਏ, ਸਾਨੂੰ ਬਣਾਇਆ। ਸੋ ਜੇ ਅਸੀਂ ਜਿੱਥੇ ਉਦਾਂ ਦੀ ਹੈਲਪ ਕਰ ਸਕਦੇ ਹਾਂ ਅਸੀਂ ਕਰਾਂਗੇ। ਲੇਕਿਨ ਇਹ ਸਰਕਾਰੀ ਕੰਮ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਹੋਵੇਗੀ ਕਿਉਂਕਿ ਉਹ ਆਪਣਾ ਕੰਮ ਕਰ ਰਹੇ ਨੇ, ਸਰਕਾਰੀ ਕੰਮ ਕਰ ਰਹੇ ਨੇ? ਦਖਲ ਅੰਦਾਜ਼ੀ ਤਾਂ ਅਸੀਂ ਕਰਦੇ ਨਹੀਂ ਜੀ, ਅਸੀਂ ਤਾਂ ਰਿਕੁਐਸਟ ਕਰਕੇ ਆ, ਉਹਨੂੰ ਅਜੇ ਗੱਲ ਪੂਰੀ ਤਾਂ ਹੋਈ ਨਹੀਂ, ਸ਼ੁਰੂ ਹੀ ਕੀਤੀ ਸੀ ਤਾਂ ਉਹ ਤਾਂ ਗੱਲ ਪਤਾ ਨਹੀਂ ਕਿੱਥੋਂ ਤੱਕ ਉਹ ਲੈ ਗਈ। ਲੇਕਿਨ ਤੁਹਾਡੇ ਵੱਲੋਂ ਧਮਕੀ ਦਿੱਤੀ ਗਈ ਕਿ ਬੋਰੀਆ ਬਿਸਤਰਾ ਤਿਆਰ ਰੱਖੀ? ਦੇਖੋ ਜੀ ਪਹਿਲਾਂ ਵੀ ਫਾਜ਼ਿਲਕਾ 'ਚ ਮਾਹੌਲ ਜਿਹੜਾ ਇਹਦੇ ਕਾਰਜਕਾਲ 2-3 ਮਹੀਨੇ ਹੋਇਆ ਖਰਾਬ ਹੋਇਆ, ਇੰਨੇ ਨਜਾਇਜ਼ ਬੰਦੇ ਲਿਆ ਕੇ ਕੁੱਟੇ, ਪਤਾ ਨਹੀਂ SSP ਨੂੰ ਵੀ ਮੈਂ 2-3 ਵਾਰ ਇਹਦੇ ਤੋਂ ਪਹਿਲਾਂ ਕਹਿ ਚੁੱਕਿਆ ਵੀ ਨਹੀਂ ਸ਼ਹਿਰ ਦਾ ਮਾਹੌਲ ਖਰਾਬ ਹੋ ਰਿਹਾ, ਕਿਉਂ ਜਵਾਬ ਦੇ ਅਸੀਂ ਲੋਕਾਂ ਨੇ ਸਾਨੂੰ ਚੁਣਿਆ ਸੀ। ਵੈਸਾ ਮਾਹੌਲ ਕਿਵੇਂ ਖਰਾਬ ਹੋ ਰਿਹਾ ਹੈ, ਕੀ ਕੁਛ ਤੁਸੀਂ ਕਹੋ ਕਿ ਕਾਰਵਾਈਆਂ ਵਧੀਆ ਨੇ ਇਹਨਾਂ ਦੇ ਕਾਰਜਕਾਲ ਦੇ ਦੌਰਾਨ? ਦੇਖੋ ਉੱਥੇ ਸ਼ਹਿਰ 'ਚ ਚੋਰੀਆਂ ਵਧੀਆਂ, ਕੁਛ ਨਸ਼ਾ ਠੇਕੇਦਾਰ ਜਿਹੜੇ ਜਾਅਲੀ ਬ੍ਰਾਂਚਾਂ ਇਹਨੇ ਖੁਲਵਾਈਆਂ, ਅਤੇ ਹੋਰ ਵੀ ਮੈਂ SSP ਸਾਹਿਬ ਨੂੰ ਵੀ ਜਿਹੜੇ ਫਾਇਲ ਕਰਦੇ ਨੇ ਉਹਨਾਂ ਨੂੰ ਵੀ ਸਾਰਾ ਨੌਲੇਜ 'ਚ ਲਿਆਂਦਾ, ਅਤੇ ਇਹ ਵੀ ਕਿਹਾ ਵੀ ਇਹਨੂੰ ਵੀ ਬਦਲੋ, ਸ਼ਹਿਰ ਦੇ ਲੋਕ ਨਹੀਂ ਸੰਤੁਸ਼ਟ ਹੈਗੇ ਇਹਦੇ ਤੋਂ, ਸੋ ਇਹਨੂੰ ਬਦਲੋ। ਨੌਲੇਜ ਵਿੱਚ ਇਸ ਗੱਲ ਤੋਂ ਪਹਿਲਾਂ ਲਿਆਇਆ ਜਾਂ ਇਸ ਵਾਰਦਾਤ ਤੋਂ ਬਾਅਦ? ਨਹੀਂ ਪਹਿਲਾਂ ਲਿਆਇਆ ਜੀ, ਪਹਿਲਾਂ 2-3 ਵਾਰ ਲਿਆਇਆ, ਉਹ ਕਹਿੰਦੇ ਦੇਖਦੇ ਹਾਂ ਕਰਦੇ ਹਾਂ, ਫਿਰ ਇਹਦੇ ਤੋਂ ਬਾਅਦ ਵੀ ਮੈਂ ਕਿਹਾ ਵੀ ਇਹ ਆ ਹੁਣ ਇੱਦਾਂ ਜੇ ਉਹ ਸਾਡੀ ਗੱਲ ਨਹੀਂ ਸੁਣਦੀ ਤਾਂ ਇੱਕ ਆਮ ਬੰਦਾ ਵੀ SHO ਨੂੰ ਫੋਨ ਕਰ ਸਕਦਾ। ਲੇਕਿਨ ਸਿਆਸੀ ਗਲਿਆਰਿਆਂ ਵਿੱਚ ਇਹ ਵੀ ਚਰਚਾ ਹੈ ਵੀ ਗਰਮ ਖੂਨ
ਨਹੀਂ ਧਮਕੀਆਂ ਨਹੀਂ ਜੀ, ਮੈਂ ਤਾਂ ਲੋਕਾਂ ਵਾਸਤੇ ਹੈ, ਲੋਕਾਂ ਨੇ ਮੈਨੂੰ ਚੁਣਿਆ, ਉਹਨਾਂ ਦੀ ਆਸਾਂ, ਸੋ ਜੇ ਲੋਕਾਂ ਵਾਸਤੇ ਜੇ ਲੋਕਾਂ ਨਾਲ ਧੱਕਾ ਹੋਊਗਾ ਤਾਂ ਮੈਂ ਤਾਂ ਹਰ ਹੱਦ ਤੱਕ ਜਾਊਂਗਾ। ਅੱਛਾ ਚੂ, ਮੈਡਮ ਨੇ ਕਿਹਾ ਕਿ ਉਹਨਾਂ ਦੇ ਘਰੇ ਵੀ ਮਾਵਾਂ ਭੈਣਾਂ ਹੋਣੀਆਂ ਨੇ ਅਤੇ ਮਾਵਾਂ ਭੈਣਾਂ ਨਾਲ ਇੱਦਾਂ ਗੱਲ ਨਹੀਂ ਕੀਤੀ ਜਾਂਦੀ, ਸ਼ਾਇਦ ਉਹਨਾਂ ਦੀ ਕਿਤੇ ਨਾ ਕਿਤੇ ਸੈਲਫ ਰਿਸਪੈਕਟ ਨੂੰ ਠੇਸ ਲੱਗੀ ਹੈ। ਜੇ ਗੱਲ ਇੰਨੀ ਕੀ ਹੈ ਕਿ ਹਾਂ ਉਹ ਸੋਰੀ ਮੰਗ ਲੈਣ, ਯਾਨੀ ਕਿ ਗੁਬਾਇਆ ਸਾਹਿਬ ਮੈਂ ਤੋਂ ਸੋਰੀ ਮੰਗ ਲੈਣ ਠੀਕ ਹੋ ਜਾਏਗਾ, ਕਿ ਗੁਬਾਇਆ ਸਾਹਿਬ ਮੰਗਣ ਨੂੰ ਤਿਆਰ ਨੇ ਸੋਰੀ? ਨਹੀਂ ਨਹੀਂ, ਮੈਂ ਕਿ ਸੋਰੀ ਮੰਗੂਗਾ ਜੀ, ਜੇ ਅਫਸਰ ਲੱਗੇ ਆ, ਅਸੀਂ ਸਾਨੂੰ ਬਣਾਇਆ ਸੀ ਵੀ ਜਨਤਾ ਦੇ ਨੌਕਰ, ਅਫਸਰ ਵੀ ਜਨਤਾ ਦੇ ਨੌਕਰ ਨੇ, ਜੇ ਲੋਕ ਖੁਸ਼ ਨੇ ਕਿਸੇ ਅਫਸਰ ਤੋਂ, ਸਾਨੂੰ ਕੀ ਲੋੜ ਹੈ ਕਿਸੇ ਨਾਲ ਲੜਨ ਦੀ? ਸਾਡੀ ਕਿਹੜਾ ਰੰਜਿਸ਼ ਹੈ ਉਹਦੇ ਅਫਸਰ ਨਾਲ? ਜੇ ਲੋਕਾਂ ਨੂੰ, ਲੋਕ ਉਹਦੇ ਦੁਖੀ ਨੇ ਤਾਂ ਫਿਰ ਅਸੀਂ ਲੋਕਾਂ ਦੇ ਨਾਲ ਖੜਾਂਗੇ, ਜੇ ਧੱਕਾ ਕੋਈ ਕਰਦਾ ਤਾਂ ਅਸੀਂ ਲੋਕਾਂ ਦੇ ਹੱਕ 'ਚ ਹਾਂ, ਉਹਨਾਂ ਲਈ ਸਭ ਕੁਝ ਕਰਾਂਗੇ, ਤਾਂ ਮੈਂ ਮਾਫ਼ੀ ਕਿਉਂ ਮੰਗੂਗਾ, ਮੈਂ ਜੋ ਕੀਤਾ ਸਹੀ ਕੀਤਾ। ਮੇਰਾ ਆਖਰੀ ਸਵਾਲ, ਕੀ ਹੁਣ ਮੈਡਮ ਦਾ ਤਬਾਦਲਾ ਹੋਵੇਗਾ ਜਾਂ ਨਹੀਂ? ਨਹੀਂ, ਇਹਦੇ ਬਾਰੇ ਮੈਂ ਨਹੀਂ ਕੁਛ ਕਹਿਣਾ ਚਾਹੁੰਦਾ, ਨਾ ਉਹ ਮੈਂ ਕਿ ਤਬਾਦਲਾ ਕਰਾ ਕੇ ਖੁਸ਼ ਥੋੜ੍ਹੀ ਨਾ ਜੀ। ਤੁਸੀਂ ਕਿਹਾ ਸੀ ਬੋਰੀਆ ਬਿਸਤਰਾ ਤਿਆਰ ਰੱਖੋ। ਹਾਂ, ਉਹ ਲੋਕਾਂ ਦੇ ਕੰਮ ਕਰੇ ਅਤੇ ਲੋਕ ਸੰਤੁਸ਼ਟ ਹੋਣ, ਅਸੀਂ ਸੰਤੁਸ਼ਟ ਹੋਈਏ ਤਾਂ ਠੀਕ ਹੈ, ਜੇ ਲੋਕ ਸੰਤੁਸ਼ਟ ਨਹੀਂ ਤਾਂ ਫਿਰ ਤਾਂ ਅਸੀਂ ਕੰਪਲੇਂਟ ਕਰਾਂਗੇ। ਬਹੁਤ ਬਹੁਤ ਧੰਨਵਾਦ ਨਾਲ ਗੱਲਬਾਤ ਕਰਨ ਲਈ। ਤਾਂ ਇਹ ਸਨ ਫਾਜ਼ਿਲਕਾ ਦੇ ਨੌਜਵਾਨ ਵਿਧਾਇਕ ਦਵਿੰਦਰ ਗੁਬਾਇਆ, ਜਿਨ੍ਹਾਂ ਨੇ ਕਿਹਾ ਕਿ ਉਹ ਮਾਫ਼ੀ ਨਹੀਂ ਮੰਗਣਗੇ। ਹਾਲਾਂਕਿ SHO ਜੋ ਮੈਡਮ ਨੇ, ਉਹਨਾਂ ਨੇ ਕਿਹਾ ਕਿ ਕਿਤੇ ਨਾ ਕਿਤੇ ਇੱਕ ਸੈਲਫ ਰਿਸਪੈਕਟ ਨੂੰ ਉਹਨਾਂ ਦੀ ਠੇਸ ਪਹੁੰਚੀ ਹੈ, ਅਤੇ ਗੁਬਾਇਆ ਜੀ ਨੂੰ ਪੁੱਛਿਆ ਗਿਆ ਕਿ ਉਹ ਮਾਫ਼ੀ ਮੰਗਣ ਨੂੰ ਤਿਆਰ ਨੇ, ਉਹ ਕਹਿੰਦੇ ਨਹੀਂ। ਅਤੇ ਦੂਜੀ ਗੱਲ ਇਹ ਕਿ ਹੁਣ ਵੇਖਣ ਵਾਲੀ ਗੱਲ ਹੋਵੇਗੀ ਕਿ ਹੁਣ SHO ਦਾ ਤਬਾਦਲਾ ਹੁੰਦਾ ਹੈ ਜਾਂ ਫਿਰ ਨਹੀਂ, ਕਿਉਂਕਿ ਫੋਨ ਦੇ ਵਿੱਚ ਸਰੇਆਮ ਧਮਕੀ ਦਿੱਤੀ ਜਾ ਰਹੀ ਸੀ ਕਿ ਬੋਰੀਆ ਬਿਸਤਰਾ ਤਿਆਰ ਰੱਖੀ। ਵੇਖਣਾ ਦਿਲਚਸਪ ਰਹੇਗਾ ਕਿ ਹੁਣ ਉਸ SHO ਦਾ ਤਬਾਦਲਾ ਹੁੰਦਾ ਹੈ ਜਾਂ ਫਿਰ ਨਹੀਂ। ਕੈਮਰਾ ਪਰਸਨ ਸੁਨੀਲ ਦੇ ਨਾਲ ਠਾਕੁਰ ਅਮਨਦੀਪ ਸਿੰਘ, ਡੇਲੀ ਪੋਸਟ ਪੰਜਾਬੀ, ਚੰਡੀਗੜ੍ਹ। Hey, you are watching Worldwide Superhit Punjabi Music Satellite TV Channel. Balle Balle.